ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਦਾ ਕੰਮ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ ਤੇ ਕਿਸੇ ਨੂੰ ਕੋਈ ਵੀ ਮੁਸ਼ਕਲ ਨਹੀਂ ਆ ਰਹੀ ਹੈ। ਉਹਨਾਂ ਕਿਹਾ ਕਿ ਕੁਦਰਤੀ ਤੌਰ ਤੇ ਹੀ ਇਸ ਵਾਰ ਕਣਕ ਦਾ ਝਾੜ ਘੱਟ ਹੋਇਆ, ਇਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਚਿੰਤਤ ਹੈ। ਮੰਡੀਆਂ 'ਚੋਂ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਦੇਖੋ, ਬੜੇ ਅੱਛੇ ਤਰੀਕੇ ਨਾਲ ਖਰੀਦ ਹੋ ਰਹੀ ਹੈ। ਸਾਰੇ ਅਫਸਰ ਸਾਹਿਬਾਨ ਖੜ੍ਹੇ ਨੇਗੇ, ਸਾਰੇ ਜਿਹੜੇ ਕਿਸਾਨ ਭਰਾ ਨੇ, ਆੜ੍ਹਤੀ ਨੇ, ਸਭ ਖੜ੍ਹੇ ਨੇ। ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇੱਕ ਮੁਸ਼ਕਲ ਦਾ ਸਾਹਮਣਾ ਜਿਹੜਾ ਹੈਗਾ ਸੀ ਸੂਲਰ ਦੀ ਮੰਡੀ ਦਾ ਆਇਆ ਧਿਆਨ ਸਾਡੇ, ਉਹਦਾ ਹੱਲ ਕਰ ਦਿੱਤਾ ਗਿਆ। ਬਿਲਕੁਲ ਕੋਈ ਵੀ ਸਮੱਸਿਆ ਕਿਸੇ ਵੀ ਕਿਸਾਨ ਨੂੰ, ਕਿਸੇ ਵੀ ਆੜ੍ਹਤੀ ਨੂੰ, ਕਿਸੇ ਵੀ ਜਿਹੜਾ ਲਿਫਟਿੰਗ ਵਾਲਾ ਗਾ, ਨਹੀਂ ਆਉਣ ਦਿੱਤੀ ਜਾਊਗੀ। ਸਰਕਾਰ ਦਾ ਫੈਸਲਾ ਗਾ, ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ। ਸਰਨੇ ਸਾਹਿਬ, ਕੀ ਕਹੋਗੇ ਜਿਹੜਾ ਮੌਜੀ ਦਾਣਾ ਆ ਰਿਹਾ ਸੀਗਾ, ਉਸ ਨੂੰ ਲੈ ਕੇ ਸਰਕਾਰ ਨੇ ਦੇਖੋ ਸੈਂਟਰ ਸਰਕਾਰ ਦੀ ਟੀਮ ਆਈ ਹੋਈ ਆ, ਦੇਖਦੇ ਹਾਂ ਉਹਦਾ ਰਿਪੋਰਟ ਕੀ ਆਉਂਦੀ ਹੈ। ਉਸ ਰਿਪੋਰਟ ਤੋਂ ਬਾਅਦ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਫੈਸਲਾ ਲੈਣਗੇ ਕਿ ਕੀ ਕਰਨਾ ਗਾ। ਹਜੇ ਰਿਪੋਰਟ ਜਿਹੜੀ ਆ ਉਹਦੀ ਵੇਟ ਕੀਤੀ ਜਾ ਰਹੀ। ਬਿਲਕੁਲ, ਪੰਜਾਬ ਸਰਕਾਰ ਟੋਟਲ ਇਕੱਲਾ ਇਕੱਲਾ ਦਾਣਾ ਖਰੀਦੂਗੀ, ਇੱਕ ਵੀ ਦਾਣਾ ਮੰਡੀ 'ਚ ਰਹਿਣ ਨਹੀਂ ਦਿੱਤਾ ਜਾਊਗਾ। ਸਾਰੇ ਦਾਣੇ ਦੀ ਖਰੀਦ ਜਿਹੜੀ ਆ ਉਹ ਪੰਜਾਬ ਸਰਕਾਰ ਕਰੂ। ਕੇਂਦਰ ਦੀਆਂ ਟੀਮਾਂ ਪੰਜਾਬ ਦੀਆਂ ਮੰਡੀਆਂ 'ਚ ਆ ਕੇ ਦੌਰਾ ਕਰ ਰਹੀਆਂ ਨੇ, ਅੱਜ ਵੀ ਸਮੁੰਦਰ ਵਿੱਚ ਕਈ। ਦੇਖੋ, ਜਿਹੜੀ ਖਰੀਦ ਹੁੰਦੀ ਹੈਗੀ ਉਹ ਪੰਜਾਬ ਸਰਕਾਰ ਔਨ ਬਿਹਾਫ ਆਫ ਜਿਹੜਾ ਹੈਗਾ ਐਫ ਸੀ ਆਈ ਕਰਦੀ ਹੈਗੀ। ਸੋ ਐਫ ਸੀ ਆਈ ਨੇ ਕਿਹਾ ਗਿਆ ਕਿ ਕਿਤੇ ਨਾ ਕਿਤੇ ਕਣਕ 'ਚ ਕੋਈ ਖਰਾਬੀ ਹੈ, ਤਾਂ ਅਸੀਂ ਕਿਹਾ ਵੀ ਆਓ ਦੌਰਾ ਕਰੋ, ਜੇ ਕੋਈ ਪ੍ਰੋਬਲਮ ਹੋਈ ਤਾਂ ਪੰਜਾਬ ਸਰਕਾਰ ਦਾ ਹੱਲ ਕਰੂਗੀ। ਤੁਸੀਂ ਨਹੀਂ ਸਮਝਦੇ ਕੁਦਰਤੀ ਸੀਗੀ ਜਿਹੜਾ? ਦੇਖੋ, ਜਿਹੜੀ ਇਹ ਆਫਤ ਆਈ ਹੈਗੀ ਇਹ ਕੁਦਰਤੀ ਹੈਗੀ, ਕਿਉਂਕਿ ਨੈਚੁਰਲ ਜਿਹੜਾ ਵਾਤਾਵਰਨ ਦੇ ਵਿੱਚ ਤਬਦੀਲੀ ਆ ਰਹੀ ਉਹਦੇ ਕਾਰਨ ਘਟਨਾ ਹੋਈ ਹੈਗੀ। ਪਰ ਲੇਕਿਨ ਮੈਂ ਦਾਅਵੇ ਨਾਲ ਕਹਿ ਰਿਹਾ ਕਿ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਸਰਕਾਰ ਲਓ। ਸਰ, ਜਿਵੇਂ ਕਿ ਕਿਸਾਨ ਮੰਗ ਕਰ ਰਹੇ ਕਿ ਵੱਡਾ ਨੁਕਸਾਨ ਹੋ ਰਿਹਾ ਹੈਗਾ, ਕਿਉਂਕਿ ਜਿਹੜਾ 4-5 ਕੁਇੰਟਲ ਦਾ ਝਾੜ ਸੀ ਉਹ 2 ਕੁਇੰਟਲ 2.5 ਕੁਇੰਟਲ 'ਤੇ ਸਿਮਟ ਕੇ ਰਹਿ ਚੁੱਕਿਆ, ਕੀ ਉਹਨਾਂ ਨੂੰ ਕੋਈ ਬੋਨਸ ਵਗੈਰਾ ਜਾਂ ਕੋਈ ਸਰਕਾਰ ਸੋਚ ਰਹੀ ਹੈ? ਦੇਖੋ, ਹਜੇ ਅਸੀਂ ਐਫ ਸੀ ਦੀ ਰਿਪੋਰਟ ਆ ਗਈ, ਪੰਜਾਬ ਸਰਕਾਰ ਦੀ ਰਿਪੋਰਟ ਆ ਗਈ, ਉਸ ਤੋਂ ਬਾਅਦ ਇਹ 'ਤੇ ਸਰਕਾਰ ਫੈਸਲਾ ਲਊਗੀ। ਹਜੇ ਜਿੰਨੀਆਂ ਵੀ ਜਿਹੜੀਆਂ ਡਿਮਾਂਡਸ ਆ ਰਹੀਆਂ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਰਹੀਆਂ, ਸਭ ਦਾ ਹੱਲ ਕਰਾਂਗੇ। ਸਰ, ਇੱਕ ਵਿੱਤ ਮੰਤਰਾਲੇ ਨੂੰ ਲਿਖਿਆ ਗਿਆ ਹੈਗਾ ਕਿ ਜਿਹੜੀਆਂ 18 ਕਰੋੜ ਰੁਪਏ ਜਾਰੀ ਕਰਨ ਦੇ ਲਈ ਗੱਡੀਆਂ ਨਵੀਆਂ ਲੈਣ ਦੀ, ਉਹ ਲਿਖੀ? ਕੋਈ ਵੀ ਲੈਟਰ ਨਾ ਮੇਰੇ ਕੋਲ ਆਇਆ ਗਾ, ਨਾ ਹੀ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਨੇ ਜਾਰੀ ਕੀਤਾ ਗਿਆ, ਇਹ ਸਿਰਫ ਅਫਵਾਹ ਗੀ। ਕੋਈ ਵੀ ਲੈਟਰ ਇਹੋ ਜਿਹਾ ਜਾਰੀ ਸਰਕਾਰ ਵੱਲੋਂ ਨਹੀਂ ਹੋਇਆ। ਕੀ ਕਹੋਗੇ ਜੀ, ਚੰਨੀ ਜੀ ਨੂੰ ED ਨੇ ਸੰਮਨ ਕੀਤਾ ਗਿਆ ਅਤੇ ਉਹ ਪੇਸ਼ ਨਹੀਂ ਹੋਏ, ਦੂਜੀ ਵਾਰ ਵੀ ਇਹਦੇ 'ਤੇ ਕਾਫੀ ਚਰਚਾ? ਮੈਂ ਸਮਝਦਾ ਪੰਜਾਬ ਦੇ ਮਾਨਯੋਗ ਸਾਬਕਾ ਮੁੱਖ ਮੰਤਰੀ ਨੂੰ ED ਨੂੰ ਸਹਿਯੋਗ ਕਰਨਾ ਚਾਹੀਦਾ, ਜਾਂਚ ਵਿੱਚ ਸ਼ਾਮਿਲ ਹੋਣਾ ਚਾਹੀਦਾ। ਬਹੁਤ ਵੱਡਾ ਦੋਸ਼ ਜਿਹੜਾ ਹੈਗਾ ਉਹਨਾਂ ਦੇ ਭਤੀਜੇ 'ਤੇ ਲੱਗਿਆ ਗਿਆ ਔਰ ਉਹਨਾਂ ਦੇ ਖਿਲਾਫ਼ ਚਲਾਣ ਪੇਸ਼ ਹੋਇਆ ਗਿਆ। ਸੋ ਉਹਨਾਂ ਨੂੰ ਜਿਹੜਾ ਹੈਗਾ ਜਾਂਚ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਜੇਕਰ ਉਹਨਾਂ ਨੇ ਕੋਈ ਨਹੀਂ ਕੰਮ ਕੀਤਾ, ਜੇਕਰ ਉਹਨੇ ਗਲਤ ਕੰਮ ਨਹੀਂ ਕੀਤਾ ਤਾਂ ਬਰੀ ਹੋ ਜਾਣਗੇ। ਉਹ ਕਿਉਂ ਡਰਦੇ ਨੇ ਜਾਂਚ ਤੋਂ? ਜੇਕਰ ਉਹ ਜਾਂਚ ਤੋਂ ਭੱਜ ਰਹੇ ਦਾ ਮਤਲਬ ਕਿਤੇ ਨਾ ਕਿਤੇ ਦੋਸ਼ੀ ਨੇ ਕਿ ਉਹਨਾਂ ਨੂੰ ਜਾਂਚ ਸਹਿਯੋਗ ਕਰਨਾ ਚਾਹੀਦਾ। ਸਰ, ਸਿੱਧੂ ਮੂਸੇਵਾਲੇ ਵਾਲਾ ਜਿਹੜਾ ਮਾਮਲਾ ਚੱਲ ਰਿਹਾ, ਆਮ ਆਦਮੀ ਪਾਰਟੀ ਖੁੱਲ੍ਹ ਕੇ ਟਵੀਟ ਕਰ ਰਹੀ ਆ, ਪਰ ਜਿਹੜੇ ਕਾਂਗਰਸ ਆ ਉਹ ਕਹਿ ਰਹੀ ਹੈ ਕਿ ਬਿਨਾਂ ਵਜ੍ਹਾ ਤੋਲ ਦਿੱਤਾ ਜਾਂਦਾ, ਉਸ ਤੋਂ ਪਹਿਲਾਂ ਵੀ ਉਹ ਗਾਣੇ ਗਾਉਂਦਾ ਸੀ, ਉਦੋਂ ਕਾਰਵਾਈ ਕਿਉਂ ਨਹੀਂ, ਉਦੋਂ ਕਿਉਂ ਨਹੀਂ ਇਹ ਟਵੀਟ ਆਉਂਦੇ ਸੀ? ਦੇਖੋ, ਜਦੋਂ ਸਿੱਧੂ ਮੂਸੇਵਾਲਾ ਜਿਹੜਾ ਪਹਿਲਾਂ ਗਾਣੇ ਗਾਉਂਦਾ ਸੀ, ਸਭ ਨੂੰ ਪਤਾ ਗਿਆ ਕਿ ਉਹ ਕਈ ਇਸ ਤਰ੍ਹਾਂ ਦੇ ਉਹਨਾਂ ਦੇ ਗਾਣੇ ਨੇ ਜਿਹੜੇ ਵਿਵਾਦਤ ਨੇਗੇ, ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇਗੇ। ਸੋ ਅਸੀਂ ਤਾਂ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਗਾ ਕਿ ਕੋਈ ਵੀ ਗਾਣਾ ਹਥਿਆਰਾਂ ਵਾਲਾ ਗਾ, ਕੋਈ ਵੀ ਜਿਹੜਾ ਸਮਾਜ ਵਿਰੋਧੀ ਗਾਣਾ ਗਾ ਉਹ ਨਹੀਂ ਚੱਲਣ ਦਿੱਤਾ ਜਾਊਗਾ। ਸਾਡੇ ਸਮਾਜ ਨੂੰ ਅਸੀਂ ਅੱਛੀ ਸੇਧ ਦੇਣੀ ਆ, ਸਾਡੇ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਜਾਣਾਗਾ। ਸੋ ਜਿਹੜੇ ਸਮਾਜ ਵਿਰੋਧੀ ਗਾਣੇ ਨੇਗੇ, ਬਿਲਕੁਲ ਉਹਦੇ 'ਤੇ ਪਾਬੰਦੀ ਹੋਊਗੀ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।